ਮੇਰੇ ਨਾਲ ਸਾਰੇ ਐਮਐਲਏ ਸਾਹਿਬਾਨ ਤੇ ਮੇਰੇ ਵਿਅਕਤੀ ਤੋਂ ਕਲਾਕਾਰ ਸਾਹਿਬਾਨ, ਮੇਰਾ ਛੋਟਾ ਵੀਰ ਗੱਪੀ ਗਰੇਵਾਲ ਤੇ ਮੇਰਾ ਵੱਡਾ ਵੀਰ ਗੁੰਗਾ ਢਿੱਲੋਂ, ਰਾਣੀ ਜੀ, ਤਿਵਾੜੀ ਜੀ, ਹੋਰ ਵੀ ਜਿੰਨੇ ਸਾਰੇ ਕਲਾਕਾਰ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਪਾਰਟੀ ਦੀ ਵੀ ਰੀੜ ਦੀ ਹੱਡੀ ਹੋ ਔਰ ਮੇਰੀ ਤਾਕਤ ਦੀ ਵੀ ਰੀੜ ਦੀ ਹੱਡੀ ਹੋ। ਮੈਂ ਅੱਜ ਕਿਸੇ ਨੂੰ ਨਾ ਨਿੰਦਣ ਆਇਆ ਨਾ ਭੰਡਣ ਆਇਆ, ਅੱਜ ਮਾਨ ਸਰਕਾਰ ਦੇ ਦੋ ਪਹਿਲਾਂ ਦੇ ਕੀਤੇ ਕੰਮਾਂ ਦੇ ਲਈ ਵੋਟ ਮੰਗਣ ਆਇਆ। ਸੋ ਜੋ ਵੀ ਦੋ ਪਹਿਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲਈ ਕੰਮ ਕੀਤੇ ਨੇ, ਤੁਸੀਂ ਆਪ ਮੁਲਾਂਕਣ ਕਰ ਲਓ ਪਿਛਲੇ 70 ਸਾਲਾਂ ਦਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਕਿਹੜੀ ਸਰਕਾਰ ਨੇ ਕੀ ਕੰਮ ਕੀਤੇ ਹੈ। ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਚੰਗੀ ਸੋਚ ਨਾਲ ਜੁੜਿਆ ਸਰਦਾਰ ਭਗਵੰਤ ਸਿੰਘ ਮਾਨ ਨੇ, ਕੇਜਰੀਵਾਲ ਸਾਹਿਬ ਨੇ, ਜਿੰਨੇ ਵੀ ਮੈਦਾਨ ਦੇ ਵਿੱਚ ਕੈਂਡੀਡੇਟ ਉਤਾਰੇ ਨੇ, ਚਾਹੇ 2022 ਚ ਸੀ ਚਾਹੇ 2024 ਚ ਨੇ, ਸਾਰੇ ਆਮ ਘਰਾਂ ਦੇ ਜਿਹੜੀ ਕਰਕੇ ਮੈਨੂੰ ਅੱਜ ਐਮਪੀ ਦੀ ਟਿਕਟ ਦੇ ਕੇ ਵਾਜਿਆ। ਔਰ ਮੈਂ ਧੰਨਵਾਦ ਕੀਆ ਕਿ ਮੈਨੂੰ ਪਾਰਟੀ ਨੇ ਬਾਬਾ ਫਰੀਦ ਜੀ ਦੀ ਪਲੰਬਰ ਪਾਰਟੀ ਦਾ ਟਿਕਟ ਦੇ ਕੇ ਵਾਜਿਆ। ਸੋ ਦੋਸਤੋ, ਮੈਂ ਤੁਹਾਡੇ ਵਰਗਾ ਤੁਹਾਡੇ ਵਿੱਚੋਂ ਔਰ ਤੁਹਾਡੇ ਵਾਸਤੇ ਮੈਂ ਉਮੀਦ ਕਰਦਾ ਕਿ ਮੈਨੂੰ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੀਰ ਤੇ ਤੁਸੀਂ ਜਿਤਾਓਗੇ। ਕੱਲੀ ਜਿੱਤਣ ਦੀ ਲੜਾਈ ਨਹੀਂ, ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਸਾਡੇ ਬਾਬਾ ਭੀਮ ਸਿੰਘ ਅੰਬੇਦਕਰ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਰਚਿਆ, ਸੰਵਿਧਾਨ ਹੈ ਉਹਨੂੰ ਬਚਾਉਣਾ ਹੈ, ਲੋਕਤੰਤਰ ਨੂੰ ਬਚਾਉਣਾ ਹੈ, ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣਾ ਹੈ। ਸੋ ਦੋਸਤੋ, ਸ਼ਹੀਦਾਂ ਨੂੰ ਯਾਦ ਕਰਕੇ ਰੱਖਿਆ, ਬਾਕੀ ਇਹ ਜ਼ਰੂਰ ਸੋਚਿਆ ਜਦੋਂ ਵੋਟ ਪਾਉਣ ਲੱਗੇ ਕਿ ਕਿਹੜੀ ਪਾਰਟੀ ਨੂੰ ਪਾਉਣੀ ਹੈ, ਕਿਹੜੇ ਤੁਹਾਡੇ ਹੱਕ ਦੀ ਪਾਰਟੀ ਹੈ, ਕਿਹੜੀ ਪਾਰਟੀ ਨੇ ਸਾਨੂੰ ਠੱਗਿਆ। ਇਹਨਾਂ ਦੋਨਾਂ ਨੇ ਖੜਾ ਤਾਂ ਕਰ ਦਿੱਤਾ, ਪਰ ਇੱਕ ਗੱਲ ਹੋਰ, ਇਹ ਕੈਂਟਾਂ ਦੀ ਪਾਰਟੀ ਹੈ। ਆ ਜਿਹੜਾ ਕੋਈ ਬੰਦਾ, ਕੋਈ ਗਰੀਬ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ, ਜਿਹਦਾ ਜੀ ਕਰਦਾ ਕਿ ਮੈਂ ਪੜ੍ਹ ਲਿਖ ਕੇ ਵੱਡਾ ਅਫਸਰ ਬਣਾ, ਆਈਪੀਐਸ ਬਣਾ, ਆਈਏਐਸ ਬਣਾ, ਪਰ ਜੇਬ 'ਚ ਪੈਸੇ ਨਹੀਂ ਹੁੰਦੇ। ਆ ਮੋਗਾ ਦੇ ਵਿੱਚ ਪੰਜਾਬ ਦਾ ਪਹਿਲਾ ਯੂਪੀਐਸਸੀ ਸੈਂਟਰ ਖੋਲ੍ਹਿਆ, ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ, ਵੱਡੇ ਅਫਸਰਾਂ ਦਾ ਮੌਕਾ ਦਿੱਤਾ ਜਾਂਦਾ। ਇਹਨਾਂ ਗੱਲਾਂ ਮੈਂ ਖੇਮਾਂ ਦਾ ਬਾਅਦ ਦਿੱਤਾ, ਬਸ ਇਹਨਾਂ ਯਾਦ ਰੱਖੋ ਕਿ ਇਹ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ, ਸੰਵਿਧਾਨ ਨੂੰ ਬਚਾਉਣ ਦੀ ਹੈ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੋ, ਹਮੇਸ਼ਾ ਖੁਸ਼ ਰਹੋ। ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਇਲਾਕੇ ਫਰੀਦਕੋਟ ਨੂੰ ਹਰਾ ਭਰਿਆ ਬਣਾਵਾਂ, ਪੂਰੀ ਸਫਾਈ ਇਲਾਕੇ ਦੀ ਕਰੀਏ, ਹਰ ਇੱਕ ਪੱਖੋਂ ਦਿਨ ਰਾਤ ਵਿਕਾਸ ਰੱਖੋ, ਦਿਨ ਰਾਤ ਇੱਕ ਕਰਾਂਗੇ ਪੂਰੀ ਕਰਨਾ।
ਮਾਰਾ ਹਾਂ ਹਾਂ